ਵਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਟਰੈਕਟਰ ਮੰਡੀ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੁਹਾਡੇ ਕਮੈਂਟ ਤੁਹਾਨੂੰ ਪਤਾ ਹੀ ਹੈ ਜੀ ਹਰ ਰੋਜ਼ ਮੈਂ ਦੇਖਦਾ ਹੁੰਨਾ ਜਿਹੜੇ ਏਰੀਆ ਚੋਂ ਤੁਸੀਂ ਮੰਗ ਪਾਉਂਦੇ ਹੋ ਗੱਡੀ ਦੀ ਉਹੀ ਗੱਡੀਆਂ ਆਪਾਂ ਲੈ ਕੇ ਪਹੁੰਚ ਜਾਂਦੇ ਹਾਂ ਅੱਜ ਗੱਡੀਆਂ ਵਾਸਤੇ ਕਾਫੀ ਮੰਗ ਆਈ ਸੀਗੀ ਹਰ ਏਰੀਆ ਚੋਂ ਲੈ ਕੇ ਪਹੁੰਚੇ ਆਪਾਂ ਸਭ ਤੋਂ ਪਹਿਲਾਂ ਤਾਂ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਓ ਆਪਣਾ ਨੰਬਰ ਹੈ ਜੀ ਉੱਪਰ ਹਮੇਸ਼ਾ ਚੱਲਦਾ ਰਹਿੰਦਾ 78140 38764 ਜਿੰਨੇ ਤੁਸੀਂ ਦੇਖਣ ਨੂੰ ਤੁਹਾਡੇ ਕੋਲੇ ਵੇਚਣ ਵਾਸਤੇ ਕੁਝ ਵੀ ਹੈ ਕੋਈ ਮਸ਼ੀਨਰੀ ਹੈ ਕੋਠੀ ਹੈ ਘਰ ਮਕਾਨ ਹਵੇਲੀ ਕਿਸੇ ਵੀ ਏਰੀਆ ਚੋਂ ਆਪਣੇ ਕੋਲੇ ਬਸ ਇੱਕ ਵੀਡੀਓ ਤੇ ਜਾਣਕਾਰੀ ਭੇਜਿਆ ਕਰੋ ਤੇ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪ ਐਡ ਤੁਹਾਡੀ ਲਗਾ ਦੇਵਾਂਗੇ ਹੁਣ ਕਰਦੇ ਹਾਂ ਮਸ਼ੀਨਰੀਆਂ ਦੀ ਗੱਲਬਾਤ ਸਭ ਤੋਂ ਪਹਿਲੀ ਗੱਡੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਆ ਆਲਟੋ ਜੀ ਆਲਟੋ ਗੱਡੀ ਆਪਣੇ ਕੋਲੇ ਪਹੁੰਚੀ ਆ ਆਲਟੋ ਕੇ 10 BX I ਆਪਣੇ ਕੋਲੇ ਬਟਾਲੇ ਏਰੀਆ ਚੋਂ ਆਲਟੋ ਗੱਡੀ ਵਾਸਤੇ ਕਾਫੀ ਡਿਮਾਂਡ ਆਈ ਸੀਗੀ BXI ਟੌਪ ਮਾਡਲ ਗੱਡੀ ਵਾਸਤੇ ਕਹਿੰਦੇ ਸੀਗੇ ਨਵੀਂ ਜੀ ਗੱਡੀ ਚਾਹੀਦੀ ਹੈ ਕੋਈ ਆ 18 ਮਾਡਲ ਆਪਾਂ ਲੈ ਕੇ ਪਹੁੰਚੇ ਆ ਨਵੇਂ ਟਾਇਰ ਨੇ ਸੈਂਟਰ ਲੋਕ ਹੈ ਪਾਵਰ ਵਿੰਡੋ ਹੈ ਮੈਟਿੰਗ ਹੋਈ ਹੈ ਤੇ ਸਾਰਾ ਕੁਝ ਵਧੀਆ ਬੀਮਾ ਫੁੱਲ ਹੈ ਸਾਰੀ ਗੱਡੀ origignal ਹੈ ਜੀ origignal ਹੈ ਸਾਰਾ ਕੁਝ ਹੈ ਕੋਈ ਪਾਰਟ ਚੇਂਜ ਨਹੀਂ ਕੀਤਾ ਹੋਇਆ ਨਾ ਕੋਈ ਲੱਗੀ ਹੈ ਨਾ ਕੋਈ ਡੈਮੇਜ ਹੈ ਨਾ ਕੋਈ ਐਕਸੀਡੈਂਟ ਹੋਈ ਹੈ ਤੇ ਡਿਮਾਂਡ ਆਪਣੇ ਕੋਲੇ 3,25,000 ਮਾਲਕ ਨੇ ਲਾ ਕੇ ਭੇਜੀ ਹੈ ਸੈਕਿੰਡ ਓਨਰ ਆਪਾਂ ਨੂੰ ਗੱਡੀ ਮਿਲੂਗੀ 18 ਮਾਡਲ ਹੈ ਤੇ ਜਿਹੜੇ ਬਾਈ ਦੀ ਗੱਡੀ ਹੈ ਉਹਨਾਂ ਦਾ ਨੰਬਰ ਸਕਰੀਨ ਤੇ 9827248269 ਹੁਣ ਤੁਸੀਂ ਦੇਖੋ ਜੀ ਸੈਕਿੰਡ ਵਾਲੀ ਗੱਡੀ ਜਿਹੜੀ ਦੂਜੀ ਗੱਡੀ ਆਪਾਂ ਲੈ ਕੇ ਪਹੁੰਚਿਆ ਇਹਦੀ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਹੈ ਬਹੁਤ ਵਧੀਆ ਮਾਡਲ ਆਪਾਂ ਨੂੰ ਇੱਕ ਮਿਲੂਗੀ ਗੱਡੀ ਹੈ ਜੀ ਜੈਨ ਗੱਡੀ ਦੀ ਕੰਡੀਸ਼ਨ ਹੈ ਜਿਹੜੀ ਬਹੁਤ ਜ਼ਿਆਦਾ ਵਧੀਆ ਪਈ ਹੈ ਪੰਜਾਬ ਨੰਬਰ ਆਪਾਂ ਨੂੰ ਗੱਡੀ ਮਿਲ ਜੂਗੀ ਆਹ ਤੇ ਜਲੰਧਰ ਏਰੀਆ ਚ ਕਾਫੀ ਆਪਣੇ ਕੋਲੇ ਡਿਮਾਂਡ ਆਈ ਸੀਗੀ ਜਨ ਗੱਡੀ ਵਾਸਤੇ ਸਸਤੀ ਜੀ ਗੱਡੀ ਭਾਲਦੇ ਸੀ ਬਹੁਤ سارے ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਤੇ ਸਸਤੀ ਜੀ ਗੱਡੀ ਆਪਾਂ ਲੈ ਕੇ ਪਹੁੰਚੇ ਆਹ ਇਹਦਾ ਰੇਟ ਸਿਰਫ 45000 ਰੁਪਇਆ ਕੁੱਲ ਇੱਕ ਬਰੀ ਮੌਕੇ ਤੇ ਹੋਰ ਵੀ ਹੋਊਗਾ ਲੈਸ ਕੋਈ ਡਿਮਾਂਡ ਆ ਮਤਲਬ ਕਿ ਇੱਕ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਆਹ ਬਾਕੀ ਤੁਸੀਂ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਲਓ ਗੱਡੀ ਨੂੰ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਓ ਤੇ 45000 ਡਿਮਾਂਡ ਹੈ ਲੈਸ ਹੋ ਜਾਊਗਾ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਕਰੋ ਤੁਸੀਂ ਸਾਰੇ ਜਣੇ ਨੋਟ ਨੰਬਰ ਹੈ 79 733 1450151 ਹੁਣ ਤੁਹਾਨੂੰ ਮੈਂ ਦਿਖਾਉਣਾ ਜੀ ਅੱਗੇ ਆਪਣੇ ਕੋਲੇ ਇੱਕ Maruti 800 ਗੱਡੀ ਪਹੁੰਚੀ ਹੈ ਮਾਲਕ ਨੇ ਬਹੁਤ ਵਧੀਆ ਤਿਆਰ ਕਰਵਾਈ ਹੋਈ ਹੈ ਮਾਡਲ 3 ਤੇ ਪਾਸਿੰਗ ਆਪਾਂ ਨੂੰ ਜੋ ਵੀ ਤਕਰ ਮਿਲ ਜੂਗੀ ਕਰਵਾਈ ਹੋਈ ਐ ਅੱਗੇ ਮਾਲਕ ਨੇ ਰਿਨਿਊ ਏਸੀ ਹੀਟਰ ਚੱਲਦਾ ਹੈਗਾ ਟਾਇਰ ਨਵੇਂ ਨੇ ਤੇ ਟਾਰਾਂ ਦੇ ਵਿੱਚ ਅਲਾਈ ਵੀ ਲੱਗੇ ਹੋਇਆ ਪੰਜਾਬ ਨੰਬਰ ਗੱਡੀ ਆ ਨੰਬਰ ਪਲੇਟਾਂ ਵੀ ਸਰਕਾਰੀ ਮਾਲਕ ਨੇ ਲਵਾਇਆਂ ਹੋਈਆਂ ਜਿਹੜੇ ਮਾਲਕ ਆਪ ਹੈ ਗੱਡੀ ਦੀ ਉਹਨਾਂ ਨੇ ਬਹੁਤ ਸ਼ੌਂਕ ਨਾਲ ਗੱਡੀ ਨੂੰ ਰੱਖਿਆ ਹੋਇਆ ਬਹੁਤ ਵਧੀਆ ਚਲਾਈ ਹੋਈ ਆ ਬਹੁਤ ਵਧੀਆ ਰੱਖਿਆ ਹੋਇਆ ਮੈਂ ਕਿ ਤੁਹਾਡੇ ਸਾਹਮਣੇ ਗੱਡੀ ਆ ਤੁਸੀਂ ਦੇਖ ਰਹੇ ਹੋ ਤਿੰਨ ਮਾਡਲ ਗੱਡੀ ਐ ਤੇ 75000 ਡਿਮਾਂਡ ਮਾਲਕ ਨੇ ਲਾ ਕੇ ਭੇਜੀ ਆ ਬਾਕੀ ਓਨਰ ਕਹਿੰਦੇ ਆ ਵੀ ਕੋਈ ਗੱਲ ਨਹੀਂ ਲੈਸ ਕਰ ਲਾਂਗੇ ਇੱਕ ਵਾਰੀ ਸਾਡੀ ਸਿਰਫ ਡਿਮਾਂਡ ਹੈਗੀ ਤੇ ਗੱਡੀ ਵਧੀਆ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਲਿਓ ਇਹਨਾਂ ਨੂੰ ਫੋਨ ਕਰ ਲਿਓ ਤੁਸੀਂ ਤੇ ਮਾਲਕ ਦਾ ਜਿਹੜਾ ਨੰਬਰ ਐ ਸਕਰੀਨ ਤੇ ਆਪਾਂ ਦੇ ਰੱਖਿਆ 84200 79 95711 ਇਸ ਨੰਬਰ ਤੇ ਗੱਲ ਤੁਸੀਂ ਆਪਦੀ ਕਰ ਲਿਓ ਤੇ ਵੀਡੀਓ ਦੀ ਗੱਲਬਾਤ ਚੱਲ ਰਹੀ ਹੈ ਅੱਗੇ ਹੋਰ ਵੀ ਗੱਡੀ ਆ ਉਹਨੂੰ ਵੀ ਦੇਖਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਤਾਂ ਸਾਰੇ ਜਣੇ ਮਿਲ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡੇ ਕੋਲੇ ਕੋਈ ਵੀ ਗੱਡੀ ਆ ਮਸ਼ੀਨਰੀ ਕੋਠੀ ਮਕਾਨ ਕੁਝ ਵੀ ਆ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਫ੍ਰੀ ਦੇ ਵਿੱਚ ਆਪਦੀ ਐਡ ਲਗਾ ਦਿੱਤੀ ਜਾਊਗੀ ਤੇ ਸਾਰੇ ਜਣੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਆ ਹਾ ਹੁਣ ਕਰਦੇ ਆਪਾਂ ਆਲਟੋ ਕੈਟਨ ਗੱਡੀ ਦੀ ਗੱਲਬਾਤ ਆ ਪਿੰਡ ਇਹਨਾਂ ਦਾ ਰਾਮਪੁਰ ਮੰਢੇਰ ਠੀਕ ਹੈ ਜੀ ਤੇ ਨੇੜੇ ਪੈ ਜਾਂਦਾ ਭਲਾੜਾ ਮਾਡਲ ਆਪ ਨੂੰ 11 ਮਿਲੂਗੀ ਗੱਡੀ ਆ ਤੇ ਰੇਟ ਮਾਲਕ ਨੇ 1,40,000 ਲਾ ਕੇ ਭੇਜੇਗਾ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੇ ਲੈਸ ਹੋ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਹਾਂ ਤੇ ਓਨਰ ਦਾ ਨੰਬਰ ਸਕਰੀਨ ਤੇ 62 809 ਤੇ 98594 ਆਹ ਮਾਲਕ ਦਾ ਸਿੱਧਾ ਨੰਬਰ ਹੈ ਤੇ ਸਿੱਧੀ ਮਾਲਕ ਨਾਲ ਹੀ ਤੁਸੀਂ ਗੱਲ ਕਰ ਲਿਓ ਤੇ ਗੱਲ ਕਰਕੇ ਤੇ ਸਾਰਾ ਕੁਝ ਪੁੱਛ ਪੜਤਾਲ ਆਪਦੀ ਕਰਕੇ ਤੇ ਖਰੀਦ ਸਕਦੇ ਹੋ ਜੀ ਗੱਡੀਆਂ ਹਾਂ ਬਾਕੀ ਵੀਡੀਓ ਸਾਰੀ ਤੁਸੀਂ ਦੇਖ ਲਈ ਗੱਡੀਆਂ ਤੋਂ ਸਾਰੀਆਂ ਦਿਖਾਤੀਆਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਪਸੰਦ ਆਈ ਹੈ ਤਾਂ ਸਾਰੇ ਜਣ ਮਿਲ ਕੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਬਾਕੀ ਜਲਦੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਦੇ ਨਾਲ ਬਹੁਤ ਸਾਰੀਆਂ ਗੱਡੀਆਂ ਦੇ ਨਾਲ ਬਾਕੀ ਆਪਣੇ ਕੋਲੇ ਹਰ ਏਰੀਆ ਚੋਂ ਕੋਠੀਆਂ ਤੇ ਮਕਾਨ ਤੇ ਘਰ ਗੱਡੀਆਂ ਮਸ਼ੀਨਰੀਆਂ ਹਰ ਚੀਜ਼ ਆਈਆਂ ਪਈਆਂ ਤੇ ਤੁਸੀਂ ਕਮੈਂਟ ਕਰੋ ਅਗਲੀ ਵੀਡੀਓ ਦੇ ਵਿੱਚ ਆਪਾਂ ਕਿਹੜੇ ਏਰੀਆ ਚੋਂ ਤੁਹਾਡੇ ਵਾਸਤੇ ਮਸ਼ੀਨਰੀ ਜਾਂ ਕੋਠੀ ਮਕਾਨ ਲੈ ਕੇ ਆਈਏ ਤੇ ਕਰੋ ਜੀ ਕਮੈਂਟ ਨੀਚੇ ਤੇ ਜਲਦੀ ਆਪਾਂ ਤੁਹਾਡੇ ਵਾਸਤੇ ਤੁਹਾਡੇ ਏਰੀਆ ਚੋਂ ਮਸ਼ੀਨਰੀ ਜਿਹੜੀ ਤੁਸੀਂ ਆਖੋਗੇ ਲੈ ਕੇ ਪਹੁੰਚ ਜਾਵਾਂਗੇ